ਅੱਜ ਹੋਇਆ ਜੀ ਪਾਣੀ ਵਰਖਾ ਰਾਤ ਦੀ ਪਈ ਰਾਤੀ ਵੀ ਪਾਣੀ ਠੀਕ ਠਾਕ ਆਇਆ ਸੀਗਾ ਵਾਵਾ ਹੀ ਪਾਣੀ ਪੁੱਲ ਤੇ ਪਹਿਲੇ ਦਾ ਜਣੀ ਕੋਲਾ ਕਰੈਕ ਸੀ ਟੁੱਟਣ ਵਾਲਾ ਸੀ ਤੇ ਰਾਤੀ ਸਵੇਰੇ 6 ਵਜੇ ਪੈ ਗਿਆ ਸਵੇਰੇ 6 ਵਜੇ ਹੋਰ ਪਾਣੀ ਆ ਗਿਆ ਦੋ ਪਟਰੀਆਂ ਨਾਲੇ ਇੱਕ ਕੋਲਾ ਡਿੱਗ ਗਿਆ ਦੋ ਪਟਰੀਆਂ ਡਿੱਗ ਗਈਆਂ ਇਹ ਕਿੱਥੇ ਜਾਂਦਾ ਜੀ ਕੀ ਫਾਇਦਾ ਇਹਦਾ ਇਹਦਾ ਫਾਇਦਾ ਇਹੀ ਟ੍ਰੇਨ ਨੂੰ ਮਹਾਰਾਜ ਲੋਕ ਯਾਤਰਾ ਯੂਤਰਾ ਜਾਂਦੇ ਸੀਗੇ ਅਤੇ ਸਫ਼ਰ ਚਲੋ ਸਸਤਾ ਹੋ ਜਾਂਦਾ ਸੀ ਅਤੇ ਆਉਣ ਜਾਣ ਦਾ ਸਾਧਨ ਵਧੀਆ ਸੀਗਾ ਪਰ ਹੁਣ ਆਉਣ ਜਾਣ ਦਾ ਸਾਧਨ ਮਤਲਬ ਕਿ ਟੁੱਟ ਟੱਟ ਗਿਆ ਹੈ ਮੈਨੂੰ ਕਰਨਾ ਚਾਹੀਦਾ ਮਤਲਬ ਕਿ ਕੋਈ ਹੱਲ ਪਿੰਡ ਮੇਰਾ ਹਰਿਆਲ ਹੈ ਬਾਕੀ ਇਹ ਜਿਹੜਾ ਪੁਲ ਹੈਗਾ ਇਹ ਪਠਾਨਕੋਟ ਤੋਂ ਜੋਗਿੰਦਰ ਨਗਰ ਤੱਕ ਨੈਰੋਗੇਜ ਲਾਈਨ ਹੈ ਉਹਨੂੰ ਜੋੜਦਾ ਹੈਗਾ ਹੈ ਅਤੇ ਇਹਦੇ ਨਾਲ ਕੀ ਹੈਗਾ ਬੜੇ ਵਪਾਰੀ ਵਗੈਰਾ ਵਰਗ ਜੋ ਹੈਗਾ ਉਹ ਉੱਥੇ ਜਾਂਦਾ ਬਾਕੀ ਇੱਧਰ ਦੇ ਲੋਕ ਗਰੀਬ ਹੈਗੇ ਨੇ ਉਹ ਆਮ ਬੱਸਾਂ ਦਾ ਕਿਰਾਇਆ ਨਹੀਂ ਦੇ ਸਕਦੇ ਇਹਦਾ ਜਿਹੜਾ ਕਿਰਾਇਆ ਹੈਗਾ ਬਿਲਕੁਲ ਮਿਨੀਮਮ ਹੈਗਾ ਆ ਅਫੋਰਡੇਬਲ ਹੈਗਾ ਆ ਹਰ ਇੱਕ ਕੋਈ ਜਾ ਸਕਦਾ ਹੈ ਅਤੇ ਇਹਦੇ ਨਾਲ ਬਿਲਕੁਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਅਤੇ ਇਹ ਜ਼ਿਆਦਾਤਰ ਤਾਂ ਕ੍ਰੈਸ਼ਰ ਇੰਡਸਟਰੀ ਕਰਕੇ ਹੋਇਆ ਨਹੀਂ ਤਾਂ ਇਹ ਪੁਲ 'ਤੇ ਰੁੜਨ ਦੀ ਕੋਈ ਉਹ ਹੀ ਨਹੀਂ ਸੀਗੀ 50 55 ਸਾਲ ਮੇਰੀ ਉਮਰ ਹੋ ਗਈ ਹੈ ਅਤੇ ਪਹਿਲੀ ਵਾਰੀ ਰੁੜਿਆ ਹੈਗਾ ਹੈ ਉਸ ਤੋਂ ਪਹਿਲੇ ਪਤਾ ਨਹੀਂ ਕਦੋਂ ਦਾ ਬਣਿਆ ਹੈਗਾ ਜੀ